ਜਨਾਬ ਇਹ ਕਿੱਸਾ ਜਦੋਂ ਅੱਜ ਅਸੀਂ ਸੁਣਿਆ ਤਾਂ ਹੋਸ਼ ਹੀ ਉੱਡ ਗਏ ਕਿ ਆਹ ਸਭ ਕੁਝ ਚੱਲੀ ਕੀ ਜਾ ਰਿਹਾ ਦੁਨੀਆ 'ਤੇ। ਜਿੱਥੇ ਆ ਸਾਹਮਣੇ ਇੱਕ ਛੋਟੀ ਜਿਹੀ ਬੱਚੀ ਜੋ ਤੁਸੀਂ ਦੇਖਦੇ ਹੋ, ਇਹ ਨਾਲ ਇਸਦੀ ਮਾਂ ਹੈ ਜੋ ਆਪਣੀ ਬੱਚੀ ਨੂੰ ਸ਼ਹਿਰ ਤੋਂ 25 ਕਿਲੋਮੀਟਰ ਦੂਰ ਕਿਸੇ ਦੇ ਘਰ ਸੁੱਟਣ ਜਾ ਰਹੀ ਸੀ। ਇਸ ਬੱਚੀ ਦਾ ਕਸੂਰ ਬਸ ਇੰਨਾ ਸੀ ਕਿ ਬੱਚੀ ਇਸ ਵਿਆਹਤਾ 19 ਸਾਲਾ ਮਾਂ ਦੇ ਘਰ ਵਾਲੇ ਦੀ ਔਲਾਦ ਨਹੀਂ ਬਲਕਿ ਉਸਦੇ 15 ਸਾਲ ਦੇ ਨਾਬਾਲਿਗ ਦਿਓਰ ਦੀ ਨਜਾਇਜ਼ ਔਲਾਦ ਸੀ। ਜੀ ਹਾਂ, ਜੋ ਅਸੀਂ ਬੋਲਿਆ ਤੁਸੀਂ ਬਿਲਕੁਲ ਠੀਕ ਸੁਣਿਆ। ਇੱਥੇ ਇਸ ਮਾਂ ਅਤੇ ਉਸਦੇ ਪਰਿਵਾਰ ਦਾ ਤਾਂ ਇਹੀ ਕਹਿਣਾ ਹੈ। ਹੁਣ ਇੱਥੇ ਹੱਦ ਤਾਂ ਇਹ ਹੈ ਕਿ 19 ਸਾਲਾਂ ਦੀ ਮਾਂ ਦਾ ਘਰ ਵਾਲਾ ਤੱਕ ਨਾਬਾਲਿਗ ਹੈ। ਉਸਦੀ ਉਮਰ ਮਹਿਜ਼ 17 ਸਾਲ ਦੀ ਹੈ ਅਤੇ ਉਸਦੇ ਛੋਟੇ ਭਰਾ ਦੀ 15 ਸਾਲ ਦੀ, ਜਿਸ ਦੇ ਨਾਲ ਇਸ 19 ਸਾਲ ਦੀ ਭਾਬੀ ਦੇ ਨਜਾਇਜ਼ ਸੰਬੰਧ ਬਣ ਗਏ। ਇਸ ਪੂਰੇ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਸ ਬੱਚੀ ਦਾ ਜਨਮ ਇਹਨਾਂ ਦੇ ਵਿਆਹ ਤੋਂ ਮਹਿਜ਼ 4 ਮਹੀਨੇ ਬਾਅਦ ਹੀ ਹੋ ਗਿਆ ਅਤੇ ਬਾਅਦ 'ਚ ਜਦੋਂ ਇਸ 'ਤੇ ਰੌਲਾ ਪਿਆ ਤਾਂ ਇਸ ਘਰ ਵਾਲੀ ਨੇ ਆਪਣੇ ਪਤੀ ਅੱਗੇ ਆਪਣੀ ਸਾਰੀਆਂ ਗੱਲਾਂ ਕਬੂਲ ਲਿਆ ਕਿ ਕਿਵੇਂ ਉਸਦੇ 15 ਸਾਲ ਦੇ ਦਿਓਰ ਨਾਲ ਉਸਦੇ ਨਜਾਇਜ਼ ਸੰਬੰਧ ਸਨ। ਤੁਸੀਂ ਵੀ ਸੁਣੋ ਇਸ ਨਾਬਾਲਿਗ ਪਤੀ ਦਾ ਇੱਥੇ ਕੀ ਕਹਿਣਾ ਸੀ, ਫਿਰ ਅੱਗੇ ਵੱਧਦੇ ਹਾਂ। मैंने बोला इसका मन इसका सिद्धांत है कि तीन तीन जान के साथ संबंध है इसका, प्लस इसके घर वाले इतना दबाव दिए इसको कि ये चाहती है कि अगर मेरे को घर में इसको पहले भी ताना मिला है, बहुत मिला है, इसको बेटी का दर्जा कभी मिला नहीं है, ये भी सुन लो। प्लस उसके बाद इसका ये मैटर है कि अगर बच्चे को ये लेके इसकी माँ पालती है लड़की की, उसको ताना मारेंगे, पति दूसरा है और बच्चा किसी और का है, इसीलिए वो नहीं कर रही। बच्चा है किसका? वो बच्चा मेरे छोटे भाई का है, उसके बाद मेरे साथ इनके घर वाले शादी कर रहे, आज बात कुछ पलट रहे। कितनी उम्र है तेरे भाई की? मेरे भाई की तो वही होगा 15 साल, ज्यादा नहीं, 15 साल। ਹੁਣ ਇੱਥੇ ਆਪਣੇ ਪਤੀ ਦੇ ਤਾਨਿਆਂ ਤੋਂ, ਸਾਰੇ ਵਿਵਾਦ ਤੋਂ ਦੁਖੀ ਹੋਈ ਇਸ ਮਾਂ ਨੇ ਬੀਤੇ ਦਿਨੀ ਆਪਣਾ ਬੱਚਾ ਚੁੱਕਿਆ ਅਤੇ ਸ਼ਹਿਰ ਤੋਂ 25 ਕਿਲੋਮੀਟਰ ਦੂਰ ਕਿਸੇ ਦੇ ਘਰ ਸੁੱਟ ਕੇ ਭੱਜ ਚੱਲੀ ਸੀ ਪਰ ਫੜੀ ਗਈ। ਰੋਂਦੀ ਇਸ ਲੜਕੀ ਦੀ ਮਾਂ ਨੇ ਇੱਥੇ ਕੀ ਕਿਹਾ, ਤੁਸੀਂ ਵੀ ਸੁਣੋ। ਕਿਉਂ ਫੈਂਕਾ ਇਸਕੋ? ਕਹਾਂ ਫੈਂਕਾ ਤਾ? किसका करता वो? पता है, बिल्कुल नहीं। तो ऐसे फेंक के कहाँ जा रही थी? ये बताओ कहाँ जा रही थी? वापस स्टेशन। ਉਧਰ ਇਸ ਪੂਰੇ ਵਿਵਾਦ ਦੇ ਬਾਅਦ ਹਸਪਤਾਲ 'ਚ ਬੱਚੀ ਕੋਲ ਪਹੁੰਚੇ ਚਾਈਲਡ ਹੈਲਪਲਾਈਨ ਦੇ ਅਧਿਕਾਰੀਆਂ ਨੇ ਬੱਚੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਮਾਂ ਪਿਓ ਖਿਲਾਫ਼ ਬਣਤੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਛੱਪੜ ਸੇ ਅਸਿਸਟੈਂਟ ਨੇ ਫੋਨ ਕੀਆ ਥਾ ਕਿ ਇੱਕ ਨਵਜਾਤ ਬੱਚੀ ਮਿਲੀ ਹੈ ਉਨਕੋ 11 ਸਾਲਾਂ ਮੇਂ, ਲੇਕਿਨ ਯਹਾਂ ਤੱਕ ਪਹੁੰਚਦੇ ਪਹੁੰਚਦੇ ਜਬ ਤੱਕ ਜਗਾਦਰੀ ਹਸਪਤਾਲ ਮੇਂ ਪਹੁੰਚੇ ਤਬ ਤੱਕ ਹਮੇਂ ਪਤਾ ਚਲਾ ਕਿ ਨਾਨੀ ਉਸਕੀ ਆ ਗਈ ਹੈ ਕਿ ਵੋ ਉਸਕੀ ਲੜਕੀ ਕੀ ਬੱਚੀ ਹੈ। ਤੋ ਯਹਾਂ ਆ ਕੇ ਉਸਕੇ ਬੱਚੀ ਕੇ ਮਾਤਾ ਪਿਤਾ ਦੋਨੋਂ ਮਿਲੇ, ਲੜਕਾ ਨਾਬਾਲਿਗ ਹੈ ਜੋ ਉਸਕਾ ਫਾਦਰ ਹੈ, ਐਂਡ ਲੜਕੀ ਵੀ 18-19 ਸਾਲ ਕੀ ਹੈ, ਔਰ ਉਸਕੀ ਡਿਲੀਵਰੀ ਵੀ ਹੀ ਸਿਵਲ ਹਸਪਤਾਲ ਯਮੁਨਾਨਗਰ ਮੇਂ ਹੋਈ ਥੀ, ਲੇਕਿਨ ਵੋ ਬੱਚਾ ਇਸ ਲਈ ਛੋੜ ਕੇ ਆਏ ਕਿ ਵੋ ਲੜਕਾ ਇਹ ਮਾਨਤਾ ਹੈ ਕਿ ਵੋ ਬੱਚਾ ਮੇਰਾ ਨਹੀਂ ਹੈ, ਵੋ ਉਸਕੇ ਛੋਟੇ ਭਾਈ ਕਾ ਹੈ, ਕਿਉਂਕਿ ਪਿਛਲੇ ਸ਼ਾਦੀ ਕੋ ਅਭੀ 4 ਮਹੀਨੇ ਹੋਏ ਹੈ, ਐਂਡ ਬੱਚਾ ਪੂਰਾ ਸਵਸਥ ਹੈ, 9 ਮਹੀਨੇ ਕਾ ਪੂਰੇ ਕਾ ਹੈ, ਤੋ ਵੋ ਬਾਅਦ ਮੇਂ ਪਤਾ ਚਲਾ ਕਿ ਵੋ ਉਸਕੇ ਛੋਟੇ ਭਾਈ ਕਾ ਹੈ। ਅਭੀ ਲੜਕੇ ਕੇ ਵਿਰੁੱਧ FIR ਦਰਜ ਹੋ ਗਈ ਹੈ, ਐਂਡ ਲੜਕੀ ਕੋ ਹਮ ਫਿਲਹਾਲ ਫਨ ਸਟਾਪ ਸੈਂਟਰ ਮੇਂ ਰੱਖ ਰਹੇ ਹੈਂ, ਆਗੇ ਕਾਰਵਾਈ ਉਸਕੇ ਬਾਅਦ ਅਪਨ ਮਿਲਾਈ ਜਾਏਗੀ। ਹੁਣ ਯਮੁਨਾਨਗਰ ਇਲਾਕੇ ਤੋਂ ਸਾਹਮਣੇ ਆਏ ਮਾਮਲਾ ਜਨਾਬ ਇੱਥੇ ਵਾਕਈ ਹੋਸ਼ ਉਡਾ ਦੇਣ ਵਾਲਾ ਸੀ। ਅਜਿਹੇ ਮਾਮਲੇ ਦੇਖ ਕੇ ਸੁਣ ਕੇ ਲੱਗਦਾ ਹੈ ਕਿ ਵਾਕਈ ਦੁਨੀਆ 'ਤੇ ਕਲਯੁੱਗ ਚੱਲਦਾ ਹੈ। ਰੱਬ ਹੀ ਬਚਾਵੇ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।